की बड़ी दरों और पावर कटों के खिलाफ व्यापार मंडल की ओर से लुधियाना में रोष प्रदर्शन किया गया और हाथ में तख्तियां व गले में बिजली के मीटर डाल सरकार के खिलाफ अपनी भड़ास निकाली गई। वही व्यापारियों ने कहा अगर बिजली के रेट में कटौती ना की गई तो उनका संघर्ष बड़े लेवल पर होगा। ਜਾਣੇ ਦੇ ਸਮੂਹ ਵਪਾਰਿਕ ਜਥੇਬੰਦੀਆਂ ਦੀ ਤਰਫੋਂ ਇਹ ਸਿਲੈਕਸ਼ਨ ਸੈਂਟਰ ਦੇ ਚੌਂਕ ਰੇਲਵੇ ਸਟੇਸ਼ਨ ਦੇ ਸਾਹਮਣੇ ਇੱਕ ਭਾਰੀ ਰੋਸ ਪ੍ਰਦਰਸ਼ਨ ਮੁਜ਼ਾਹਰਾ ਕੀਤਾ ਗਿਆ ਜਿਹਦੇ ਵਿੱਚ ਪੱਖੀਆਂ ਵੀ ਅਸੀਂ ਕਿਉਂਕਿ ਘਰਾਂ 'ਚ ਲਾਈਟ ਨਹੀਂ ਹੈ ਬਿਜਲੀ ਨਹੀਂ ਹੈ ਔਰ ਬਿਜਲੀ ਮਿਲਦੀ ਨਹੀਂ ਹੈ ਇਸ ਕਰਕੇ ਪੱਖੀਆਂ ਲੈ ਰਹੀਆਂ ਜਾ ਰਹੀਆਂ। ਸਿੱਧੂ ਨੂੰ ਬਿਜਲੀ ਮੰਤਰੀ ਬਣਾਇਆ ਉਹ ਆਉਣ ਨੂੰ ਤਿਆਰ ਨਹੀਂ ਹੈ। ਅੱਜ ਕਾਂਗਰਸ ਦੇ 8 MP ਸਾਰੇ MLA ਕੁੰਭਕਰਨੀ ਨੀਂਦ ਸੁੱਤੇ ਪਏ ਨੇ। ਕੈਪਟਨ ਸਿੰਘ ਨੂੰ ਤਿਆਰ ਨਹੀਂ ਹੈ। ਪੰਜਾਬ ਦੇ ਹਾਲਾਤ ਵਿਗੜ ਚੁੱਕੇ ਨੇ। 20,000 ਇੰਡਸਟਰੀ ਜਾ ਚੁੱਕੀ ਹੈ। ਦੂਜੇ ਸੂਬਿਆਂ ਦੇ ਅੰਦਰ ਬੀਜੇ ਰੇਟ 5 ਰੁਪਏ ਤੋਂ ਘੱਟ ਹੈ। ਸਾਡਾ 5 ਰੁਪਏ ਵੀ ਦੇਣ ਨੂੰ ਤਿਆਰ ਨਹੀਂ ਹੈ। 10-11 ਰੁਪਏ ਬਿਜਲੀ ਜਿਹਨਾਂ ਸਾਡਾ ਵਪਾਰ ਠੱਪ ਹੋ ਗਿਆ, ਬੇਰੁਜ਼ਗਾਰੀ ਫੈਲ ਰਹੀ ਹੈ। ਪੰਜਾਬ ਹਰਿਆਣਾ ਹਾਈ ਕੋਰਟ ਨੇ ਇਹ ਕਿਹਾ ਹੈ ਕਿ ਦੱਸਿਆ ਜਾਵੇ 7,000 ਕਰੋੜ ਰੁਪਏ ਦੀ ਬਿਜਲੀ ਕਿਸਾਨਾਂ ਨੂੰ ਮੁਫ਼ਤ ਕਿਉਂ ਦਿੱਤੀ ਜਾ ਰਹੀ ਹੈ। ਗਰੀਬ ਕਿਸਾਨਾਂ ਨੂੰ ਦਿਓ ਪਰ ਸ਼ਾਹੂਕਾਰ ਕਿਸਾਨਾਂ ਨੂੰ ਬਿਜਲੀ ਮੁੱਲ ਦੇ ਮੁਸਾਬ ਦਿੱਤੀ ਜਾਣੀ ਚਾਹੀਦੀ ਹੈ। ਉਹ 7,000 ਕਰੋੜ ਸਾਡੇ ਖੂਨ ਪਸੀਨੇ ਦੀ ਕਮਾਈ ਹੈ। ਸਾਡੇ ਰੇਟ 5 ਰੁਪਏ ਹੋਣੇ ਚਾਹੀਦੇ ਹੈ, ਨਹੀਂ ਤਾਂ ਅੱਜ ਅਸੀਂ ਪ੍ਰਦਰਸ਼ਨ ਕੀਤਾ। ਇਹ ਪ੍ਰਦਰਸ਼ਨ ਪੰਜਾਬ ਭਰ ਦੇ ਵਿੱਚ ਕਰਾਂਗੇ। ਪੰਜਾਬ ਸੂਬਾ ਜਿਹੜਾ ਇੱਕ ਬਿਜਲੀ ਦਾ ਸਰਪਸ ਸੂਬਾ ਹੈ, ਇੱਥੋਂ ਦੇ ਜਿਹੜੀ ਬਿਜਲੀ ਹੈ ਉਹ ਬਾਹਰਲੇ ਸੂਬਿਆਂ ਨੂੰ ਘੱਟ ਰੇਟ 'ਤੇ ਜਾ ਰਹੀ ਹੈ, 6 ਰੁਪਈਏ 5 ਰੁਪਈਏ। ਲੇਕਿਨ ਪੰਜਾਬ ਦੀ ਸਰਕਾਰ ਜਿਹੜੀ ਹੈ ਪੰਜਾਬ ਦੇ ਵਪਾਰੀਆਂ ਨੂੰ ਹੀ ਉਹਨਾਂ 'ਚ ਨੱਕ ਦਮ ਕਰਕੇ ਉਹਨਾਂ ਨੂੰ 10 ਰੁਪਏ ਨੂੰ ਦੇ ਰਹੀ ਹੈ। ਇਹ ਸਰਕਾਰ ਠੱਗੀ ਕਰ ਰਹੀ ਹੈ। ਇਹ ਆਪਣੀ ਠੱਗੀ ਤੋਂ ਬਾਹਰ ਜਾਵੇ, ਨਹੀਂ ਤਾਂ ਵਪਾਰੀ ਇਸ ਤੋਂ ਵੱਡੇ ਵੀ ਅੰਦੋਲਨ ਜਿਹੜੇ ਕਰਨ 'ਤੇ ਮਜਬੂਰ ਹੋਣਗੇ। ਬਿਲਕੁਲ, ਅਸੀਂ ਇਸ ਤੋਂ ਵੱਡੇ ਵੀ ਅੰਦੋਲਨ ਛੇੜਾਂਗੇ। ਜੇ ਉਸ ਤੋਂ ਬਾਅਦ ਵੀ ਸਰਕਾਰ ਨਹੀਂ ਮੰਨਦੀ, ਨਹੀਂ ਧਿਆਨ ਦਿੰਦੀ ਵਪਾਰੀਆਂ ਦਾ, ਤਾਂ ਅਸੀਂ ਆਪਣੇ ਸ਼ਟਰ ਡਾਊਨ ਕਰਕੇ ਸਾਰੇ ਵਪਾਰੀ ਇਕੱਠੇ ਹੋ ਕੇ ਚਾਬੀਆਂ ਜਿਹੜੇ ਉਹ ਪੰਜਾਬ ਸਰਕਾਰ ਦੇ ਹੱਥ ਫੜਾ ਦੇਵਾਂਗੇ, ਅਤੇ ਅਸੀਂ ਬਿਲਕੁਲ ਇੱਥੇ ਢੋਲ ਵਜਾਵਾਂਗੇ ਇਹਨਾਂ ਦੇ ਖਿਲਾਫ ਜਿਹੜੇ। ਉਹ